ਅਸੀਂ ਜੋ ਆਖਣ ਲੱਗਾ ਮੇਰਾ ਕਾਰੋਬਾਰ ਨਹੀਂ ਚੱਲਦਾ, ਮੈਨੂੰ 6-7 ਲੱਖ ਰੁਪਈਆ ਦਿਓ ਤਾਂ ਕਾਰੋਬਾਰ ਚੱਲਦਾ। ਉਹ ਮੈਂ ਕਿਹਾ ਕੰਮ ਪੈਸਿਆਂ ਨਾਲ ਨਹੀਂ ਤਾਂ ਚੱਲਦਾ, ਕੰਮ ਪੈਸਿਆਂ ਨਾਲ ਨਹੀਂ ਨੀਅਤ ਨਾਲ ਚੱਲਦਾ। ਮੈਂ ਨੀਅਤ ਸਹੀ ਹੋਏ ਤੇ ਥੋੜ੍ਹੇ ਪੈਸੇ ਤੇ ਰੱਬ ਬਰਕਤ ਪਾ ਦਿੰਦਾ। ਉਹਨੂੰ ਮੈਂ ਕਿਹਾ ਤੂੰ ਸਵੇਰੇ ਦੁੱਧ 5-10 ਕਿਲੋ ਲਿਆ, ਉਹ 10 ਕਿਲੋ ਦੁੱਧ ਲਿਆਇਆ। ਅਸਾਂ ਨਾ ਘਰਾਂ ਦੇ ਵੇਚਣਾ, ਆਂਢੀ ਗੁਆਂਢੀਆਂ ਨੂੰ ਦਿੱਤਾ, ਆਖਿਆ ਜੀ ਪਿੰਡੋਂ ਦੁੱਧ ਆਇਆ ਲੈ ਲਓ, ਕਹਿਣ 2 ਕਿਲੋ ਲਿਆ, ਕਹਿੰਦੇ 4 ਕਿਲੋ ਲਿਆ ਲਾ ਕੇ ਜਨਾ ਉਹਨਾਂ ਨਾਲ ਵੇਚ ਕੇ ਹਾਂ ਉਹਦੇ ਪੈਸੇ ਹੱਥ ਬਣਾਏ। ਦੂਜੇ ਦਿਨ 20 ਕਿਲੋ ਲੈ ਫਿਰ ਹਾਂ ਵੇਚ ਕੇ ਪੈਸੇ ਉਹਦੇ ਹੱਥ ਬਣਾਏ। ਲਓ ਜੀ ਅੱਜ ਉਹ ਜਨਾਬ ਬਿਹਤਰੀਨ 2 ਪੁੱਤਰ ਉਹਦੇ ਬਾਹਰ ਨੇ, ਹਾਂ 2 ਪੁੱਤਰ ਉਹ ਵਿਆਹ ਲੈਂਦੇ ਇਸੇ ਕੰਮ 'ਤੇ, ਅਤੇ ਬਿਹਤਰੀਨ ਉਹਨਾਂ ਦਾ ਕੰਮ ਚੱਲਦਾ ਪਿਆ। ਕਿੱਥੋਂ 4-5 ਕਿਲੋ ਦੁੱਧ ਪਿਛਲੇ ਦਿਨ ਉਸਾਉਂਦਾ। ਇਹ ਨਹੀਂ ਪੈਸਿਆਂ ਨਾਲ ਨਹੀਂ ਸਾਰੇ ਕਾਰੋਬਾਰ ਚੱਲਦੇ। ਮੈਂ ਕਿਹਾ ਤੂੰ ਆਪਣੀ ਨੀਅਤ ਸਹੀ ਰੱਖ, ਕਾਰੋਬਾਰ ਅੱਲਾ ਚਲਾਉਣ ਵਾਲਾ, ਬਰਕਤ ਅੱਲਾ ਪਾਉਣ ਵਾਲਾ। ਬੇਸ਼ੱਕ ਇਸ ਤਰ੍ਹਾਂ ਹੀ ਗੱਲ ਹੈ ਕਿ ਹਰ ਕੰਮ ਨੀਅਤ ਨਾਲ ਚੱਲਦਾ, ਨੀਅਤ ਬੰਦੇ ਦੀ ਸਾਫ਼ ਹੋਵੇ ਉਹਨੂੰ ਰੋਲਾ ਹੀ ਨਹੀਂ ਹੈ। ਯਕੀਨ ਕਰੋ ਇੱਥੇ ਕੋਈ ਬੱਚਾ ਆ ਜਾਏ ਨਾ, ਉਹ ਆਖੇਗਾ ਮੇਰੇ ਕੋਲ ਇੰਨੇ ਹੀ ਪੈਸੇ ਨੇ, ਮੈਂ ਉਹਨੂੰ ਲੈ ਲਿਆ ਜਾ, ਕੋਈ ਨਹੀਂ ਕਰ ਦਿੰਦਾ, ਅਤੇ ਪੈਸੇ ਮੇਰੇ ਘਟਣੇ ਨਹੀਂ ਚਾਹੀਦੇ, ਮੈਂ ਉਹਨੂੰ ਲੈ ਲਿਆ ਜਾ। ਹਾਂ ਮੈਂ ਨਾ ਦਰਾਜ ਸਾਹਿਬ ਤੇ ਲਾਈ ਜਾਂਦਾ, ਜੇ ਉਹਦਾ ਸਹਿਜ ਇਹ ਤਾਂ ਲਾ ਦੇ ਠੀਕ ਹੈ ਬਾਬਾ ਜੀ। ਚੋਰਾ ਕਰੀ ਬਣੀ ਜੀ, ਮੈਂ ਕੱਲ ਆਇਆ ਸੀ ਉੱਥੇ ਆਪਣਾ ਪਰਸੋਂ ਕੱਚੀ ਫਤਮਾ ਉੱਥੇ ਲਾਇਆ ਤੇ ਜਨਾਬ ਇਸੇ ਤਰ੍ਹਾਂ ਮੈਂ ਬੈਠਾ, ਇੱਕ ਬੀਬੀ ਅਤੇ ਇੱਕ ਬੱਚਾ ਆ ਗਿਆ, ਪੱਖਾ ਲੈਣਾ ਹੀ ਮੈਂ ਲਓ ਬੀਬੀ ਮੈਂ ਹੁਣ 150 ਰੁਪਏ ਉਹ ਮੈਨੂੰ ਪਹਿਲਾਂ ਉਹਨੇ ਦਿੱਤਾ 1000 ਰੁਪਈਆ, ਮੈਂ ਉਹਨੂੰ ਚੇਂਜ ਦੇ ਦਿੱਤਾ ਬਕਾਇਆ ਪੈਸੇ ਦੇ ਦਿੱਤੇ। ਉਹ ਮੁੰਡਾ ਨਾ ਰਲਿਆ ਸੀ ਮੈਨੂੰ ਨਹੀਂ ਪਤਾ, ਉਹ ਆਖਣ ਲੱਗਾ ਨਹੀਂ ਅੰਮਾ ਹਾਂ ਨਹੀਂ ਲੈਣਾ, ਨਹੀਂ ਅੰਮਾ ਹਾਂ ਨਹੀਂ ਲੈਣਾ, ਮੇਰੇ ਕੋਲ ਮੇਰੇ ਪੈਸੇ 1000 ਰੁਪਈਆ ਮੇਰਾ ਵੱਧਾ ਮੈਨੂੰ ਦੇ ਦੇ ਤੂੰ ਆਪਣੇ ਕੋਲ, ਉਹ 500 ਮੈਨੂੰ ਦੇ ਦਿੱਤਾ। ਉਹ ਮੈਂ ਵੀ ਮਾਏ ਮੇਰੀ ਮੱਤ ਵੱਜੀ, ਮੈਂ ਉਹਦੇ ਕੋਲ ਬਕਾਇਆ ਜਿਹੜੇ ਦਿੱਤੇ ਹਨ ਉਹ ਲਏ ਕੋਈ ਨਾ, ਅਤੇ ਉਹ 500 ਦਾ ਫਿਰ ਉਹਨੂੰ ਬਕਾਇਆ ਦੇ ਦਿੱਤਾ। ਬੱਚੇ ਨੂੰ ਪੱਖਾ ਦਿੱਤਾ, ਉਹ ਇੱਥੇ ਬਹਿ ਕੇ ਆਖਣ ਲੱਗਾ ਜੇ ਮੋਟਰ ਸਹੀ ਨਹੀਂ ਚੱਲਦੀ ਤੇ ਇੱਥੇ ਬਹਿ ਕੇ ਮੋਟਰ ਕੱਟ ਕੇ ਤੇ ਚੜਿਆ ਧਰਨੀ। ਉਹ ਮੈਂ ਇਹ ਧਰਨਾ ਪਿਆ ਜੀ, ਮੈਂ ਤੁਹਾਨੂੰ ਵਹਾਣ ਲੱਗਾ ਜੀ ਮੋਟਰ, ਮੈਂ ਤੇ ਤੂੰ ਮੋਟਰ ਪਰਾਂ ਨੂੰ ਲਈ ਜਾਂਦਾ, ਤੂੰ ਮੈਨੂੰ ਦੱਸ ਵੀ ਭਾਈ ਮੋਟਰ ਨਹੀਂ ਚੱਲਦੀ, ਤੂੰ ਉਹੀ ਮੋਟਰ ਫਿਰ ਲੈ ਗਿਆ।